ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਚੌਧਰੀ ਅਤੇ ਜੱਟਾਂ ਅਤੇ ਗੁਜਰਾਂ ਦਾ ਕਟਸੀ ਟਾਈਟਲ ਹੈਗਾ, ਤਖਲਸ ਹੈਗਾ। ਜਿੱਦਾਂ ਬਾਣੀਏ ਹੋਏ, ਖੱਤਰੀ ਹੋਏ, ਅਰੋੜੇ ਹੋਏ, ਭਾਟੀਆ ਹੋਏ, ਇਹ ਇਹਨਾਂ ਦਾ ਹੈਗਾ ਲਾਲਾ। ਸਤਿਗੁਰੂ ਨਾਨਕ ਦੇਵ ਜੀ ਲਾਲਿਆਂ ਦੇ ਘਰ ਪੈਦਾ ਹੋਏ ਸੀਗੇ ਅਤੇ ਇਹ ਸਾਰੇ ਜਿਹੜੇ ਛੇ ਸਤਿਗੁਰੂ, ਚਾਰ ਸੱਚੇ ਪਾਤਸ਼ਾਹ, ਇਹ ਸਾਰੇ ਖੱਤਰੀਆਂ ਦੇ ਪੈਦਾ ਹੋਏ ਸੀਗੇ ਅਤੇ ਸਾਰਿਆਂ ਨਾਲ ਸ਼ੈਤਾਨ ਜਿਹੜਾ ਖੱਤਰੀ ਸੀ ਸੋਢੀ ਸੀਗਾ, ਲਾਲਾ ਬੰਦਾ ਬਹਾਦਰ, ਜਿਹੜਾ ਕਿ ਆਪਣੇ ਰੰਗ ਬਦਲਦਾ ਸੀਗਾ, ਜਿੱਦਾਂ ਦਾ ਮੌਕਾ ਦੇਖਦਾ ਸੀ ਉੱਦਾਂ ਦਾ ਹੋ ਜਾਂਦਾ ਸੀ। ਅਤੇ ਇੱਥੇ ਮੈਂ ਕਰ ਰਿਹਾ ਹੈਗਾ ਬਾਣੀ ਦੀ ਵਿਆਖਿਆ ਹੈਗੇ ਸਤਿਗੁਰੂ ਅਮਰ ਦੇਵ ਜੀ ਦੀ। ਇਹਨਾਂ ਦੀ ਬਾਣੀ ਸਮਝਣ ਲਈ ਪਹਿਲਾਂ ਤੁਹਾਨੂੰ ਇਹ ਸਮਝਣਾ ਪਹਿਲਾਂ ਉਹਨਾਂ ਦਾ ਕੀ ਸੀਗਾ, ਉਹਨਾਂ ਦਾ ਜਿਹੜਾ ਦਰਜਾ ਕੀ ਸੀਗਾ, ਉਹਨਾਂ ਦਾ ਕੰਮ ਕੀ ਸੀਗਾ। ਇੱਥੇ ਆਉਂਦੇ ਨੇ ਦੁਨੀਆਂ ਦੇ ਲੋਕ, ਕੌਮਾਂ ਦੇ, ਕੋਈ ਜੱਟ ਹੋਇਆ, ਤਰਖਾਣ, ਲੁਹਾਰ, ਚੂੜਾ ਚਮਾਰ, ਇਹ ਲੋਕ ਆਉਂਦੇ ਨੇ ਇਹਨਾਂ ਸਤਿਗੁਰੂ ਅੰਗਦ ਦੇਵ ਜੀ ਕੋਲ। ਉਹ ਉਹਨਾਂ ਦੀ ਜਾਤੀ ਦੀ ਹੋਮੇ ਅਤੇ ਨਾਲੇ ਉਹ ਤਪੇ ਵੱਲ ਨੂੰ ਮੂੰਹ ਕਰਦੇ ਸੀਗੇ, ਤਪਾ ਮੀਂਹ ਬਣਾਊਗਾ, ਉਹਨੂੰ ਮੂੰਹ ਉੱਥੋਂ ਹਟਾ ਕੇ ਅਕਾਲ ਪੁਰਖ ਨੂੰ ਸਨਮੁੱਖ ਕੀਤਾ, ਹੋਮੇ ਭੰਨ ਕੇ ਅਕਾਲ ਪੁਰਖ ਨੂੰ ਸਨਮੁੱਖ ਕੀਤਾ, ਉਹਨਾਂ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਏ। ਜਦੋਂ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਏ, ਇਹ ਹੈਗੇ ਨਵੇਂ ਨਵੀਆਂ ਉਹਨਾਂ ਨੂੰ ਸੁਰਤੀ ਆਈ ਬਾਲੜੀਆਂ, ਅਤੇ ਇਹ ਜਿਹੜੇ ਨੇ ਇਹ ਕੇਰੀ ਪੈਸੇ ਨੂੰ ਪੈਂਦੇ ਵੀ ਪੈਸਾ ਲੁੱਟ ਲਈਏ, ਲੋਕ ਬੁੱਧੂ ਹੈਗੇ ਨੇ ਅਤੇ ਉਹਨਾਂ ਤੋਂ ਫਾਇਦਾ ਉਠਾ ਲਈਏ, ਭੇਸ ਬਦਲ ਲਈਏ। ਜਿੱਦਾਂ ਹੈਗਾ ਰਾਧਾ ਸਵਾਮੀ ਹੋਇਆ, ਡੇਰੇ ਵਾਲੇ ਹੋਏ, ਇਹ ਇੱਥੇ ਆ ਜਾਂਦੇ ਨੇ, ਇਹ ਲੋਕਾਂ ਨੂੰ ਮਟੋਰ ਲੈਂਦੇ ਨੇ, ਆਪਣੀਆਂ ਤਰੀਫਾਂ ਪਾਲਦੇ ਨੇ, ਅਕਾਲ ਪੁਰਖ ਨੂੰ ਤਰੀਫਾਂ ਨਹੀਂ ਕਰਦੇ। ਜਿਹੜਾ ਗੁਰਮੁਖ ਹੁੰਦਾ ਹੈਗਾ ਇਹਦੇ ਵੱਲ ਨਹੀਂ ਆਉਂਦਾ, ਜਿਹੜਾ ਲੱਗਦਾ ਜਿਹਦੀ ਅਕਾਲ ਪੁਰਖ ਨਾਲ ਲਿਬ ਲੱਗੀ ਨਾ, ਉਹ ਫਿਰ ਗੁਰਮੁਖ ਬਣਦਾ ਹੈਗਾ, ਅਤੇ ਉਹ ਫਿਰ ਗੁਰਮੁਖ ਬਣ ਕੇ ਤਾਂ ਉਹਦਾ ਕੀਰਤਨ ਕਰਦਾ, ਉਹਦੇ ਬਾਣੀ ਦੇ ਗਾਉਂਦਾ, ਸੁਣਦਾ ਵੀ ਹੈਗਾ ਅਤੇ ਸੁਣਾਉਂਦਾ ਵੀ ਹੈਗਾ। ਫਿਰ ਜੇ ਅਕਾਲ ਪੁਰਖ ਹੱਥ ਕੱਢ ਕੇ ਤਾਂ ਇੱਥੇ ਚੱਕ ਲਵੇ, ਫਿਰ ਆਪਣੇ ਗਲੇ ਨਾਲ ਲਾ ਲੈਂਦਾ, ਯਾਨੀ ਕਿ ਉਹਦਾ ਤੁਸੀਂ ਗਲਾ ਬਣ ਜਾਂਦੇ ਹੋ ਸਪੋਕਸਮੈਨ। ਇਹ ਸਤਿਗੁਰੂ ਅਰਜਨ ਦੇਵ ਜੀ ਸੀਗੇ, ਇਹ ਰਾਮਦਾਸ, ਇਹ ਸਤਿਗੁਰੂ ਅਰਜਨ ਦੇਵ ਜੀ। ਇਹ ਹੈਗੀਆਂ ਬਿਰਤੀਆਂ ਹੈਗੀਆਂ, ਹੋਮੇ, ਮਨ, ਬੁੱਧੀ ਅਤੇ ਚਿੱਤ ਬਿਰਤੀ, ਅਤੇ ਇਸ ਤਾਰਫ ਨਾਲ ਤੁਹਾਨੂੰ ਹੁਣ ਪਤਾ ਲੱਗ ਜਾਏਗਾ ਵੀ ਸਤਿਗੁਰੂ ਅਮਰਦੇਵ ਜੀ ਦਾ ਕੀ ਸੀਗਾ, ਦੁਬਦਾ ਫੜਨਾ ਉਹਨਾਂ ਦਾ, ਅਤੇ ਉਹ ਵੀ ਪੈਸੇ ਵੱਲ ਨਾ ਜਾਓ, ਅਕਾਲ ਪੁਰਖ ਹੀ ਪੈਸੇ ਨੂੰ ਜਾਓ। ਇੱਥੇ ਆਨੰਦ ਹੈਗਾ, ਰਾਮ ਕਲੀ ਮਹੱਲਾ ਤੀਜਾ ਆਨੰਦ, ਇਹ ਮੈਂ ਕਰ ਰਿਹਾ। ਇਹ ਹੈਗਾ ਪੜ੍ਹਨਾ, ਇਹਨੂੰ ਹਰ ਏਕਮਕਾਰ ਪੜ੍ਹਨਾ ਗਏ, ਇਹ ਹਰੀ ਓਮ ਸ਼ਾਂਤੀ ਤੋਂ ਹਰ ਏਕਮਕਾਰ ਬਣਿਆ ਹੈਗਾ। ਇਹਨੂੰ ਜਿਹੜਾ ਬ੍ਰਾਹਮਣ ਵੀ ਜਿਹੜੇ ਓਮ ਸ਼ਾਂਤੀ ਕਹਿੰਦੇ ਨੇ ਇਹਨੂੰ, ਇਹ ਗਲਤ ਹੈਗਾ, ਇਹ ਹੈਗਾ ਹਰੀ ਓਮ ਸ਼ਾਂਤੀ, ਇਹ ਹੈਗਾ ਹਰ ਏਕਮਕਾਰ। ਇਹ ਗ੍ਰੰਥੀ ਇਹਨੂੰ ਏਕਮਕਾਰ ਪੜ੍ਹਦੇ ਨੇ, ਏਕਮਕਾਰ ਨਹੀਂ ਪੜ੍ਹਨਾ ਚਾਹੀਦਾ, ਗਲਤ ਹੈਗਾ। ਹਰ ਏਕਮਕਾਰ, ਹਰ ਏਕਮਕਾਰ ਦਾ ਮਤਲਬ ਵੀ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਹਰ ਅਤੇ ਹਰੀ 'ਚ ਕੀ ਫਰਕ ਹੈਗਾ। ਇਹ ਜਿਹੜਾ ਹੈਗਾ ਸਾਹਿਬ ਸਿੰਘ ਦਾ ਟੀਕਾ ਹੈਗਾ, ਇਹਨੂੰ ਇਹ ਨਹੀਂ ਪਤਾ ਹਰ ਨੂੰ ਹਰੀ ਕਹੀ ਜਾਂਦਾ ਹੈਗਾ। ਇਹ ਅਰੋੜੇ ਖੱਤਰੀ ਪੈਸੇ ਦੀ ਖਾਤਰ ਕਰਦੇ ਨੇ। ਹਰ ਏਕਮਕਾਰ ਸਤਿਗੁਰ ਪ੍ਰਸਾਦ, ਇਹ ਸਤਿਗੁਰ ਜਿਹੜਾ ਦੋ ਅਰਫ ਹੈਗੇ, ਸਤ ਅਤੇ ਗੁਰ, ਗੁਰ ਹੁੰਦਾ ਢੰਗ। ਕਈ ਵਾਰ ਵੀ ਆਹ ਸਵਾਲ ਕੱਢਣਾ, ਇਹਦਾ ਢੰਗ ਕੀ ਹੈਗਾ, ਗੁਰ ਕੀ ਹੈਗਾ, ਜੇ ਗੁਰ ਪਤਾ ਲੱਗ ਜਾਏ ਤਾਂ ਸਵਾਲ ਨਿਕਲ ਆਉਂਦਾ। ਜਿਹੜਾ ਸਤ ਦਾ ਗੁਰ ਹੈਗਾ ਉਹ ਹੈਗਾ ਲੌਜੀਕਲ ਰੀਜ਼ਨਿੰਗ, ਗਿਆਨੀ ਉਹ ਜੋ ਆਪ ਵਿਚਾਰੇ, ਇੰਟਿਊਸ਼ਨ ਇਹਨੂੰ ਕਹਿੰਦੇ ਨੇ। ਇਹ ਸਾਰੇ ਜਿਹੜੇ ਅੰਮ੍ਰਿਤ ਹੈਗੇ, ਖਜ਼ਾਨੇ ਸਾਰੇ ਇੱਥੇ ਹੈਗੇ, ਕਿਤਾਬਾਂ 'ਚ ਨਹੀਂ ਪਏ ਹੋਏ। ਕਿਤਾਬਾਂ 'ਚ ਜਿਹੜੇ ਲਿਖਦਾ ਕੋਈ ਵਿਗਾੜ ਕੇ ਕੁਛ ਲਿਖ ਦਿੰਦਾ, ਕੋਈ ਕੁਛ ਲਿਖ ਦਿੰਦਾ, ਉਹ ਤੁਹਾਨੂੰ ਚੱਕਰ ਪਵਾ ਦੇਗਾ। ਜਿਹੜਾ ਤੁਸੀਂ ਆਪ ਕੱਢੋਗੇ ਨਾ ਲੌਜੀਕਲ ਰੀਜ਼ਨਿੰਗ ਨਾਲ, ਉਹ ਤੱਤ ਮੋੜ ਹੈਗਾ, ਉਹ ਹੈਗਾ ਸਤਿਗੁਰ ਪ੍ਰਸਾਦ। ਉਹਨੂੰ ਕਹਿੰਦੇ ਲੌਜੀਕਲ ਰੀਜ਼ਨਿੰਗ ਦੀ ਐਂਡ ਪ੍ਰੋਡਕਟ ਨੂੰ ਕਹਿੰਦੇ ਲੋਗੋ। ਲੋਗੋ ਹੈਗਾ ਹਿਜ ਵਰਡ, ਨਾਮ ਹੈਗਾ ਉਹ, ਜਿਹੜਾ ਪ੍ਰਸ਼ਾਦ ਉਹਦਾ ਹੈਗਾ ਉਹ ਨਾਮ ਹੈਗਾ। ਸੱਚੀ ਲਿਵ ਬਿਨ ਦੇਹ ਨਮਾਨੀ,
ਤੇ ਹੈਗਾ ਵੀ ਹੋਰ ਕਹਿੰਦੇ ਵੀ ਜਿਹੜੀ ਜਿੰਨਾ ਚਿਰ ਤੁਸੀਂ ਸੱਚੇ ਪਿਆਰ ਨਹੀਂ ਕਰਦੇ ਅਕਾਲ ਪੁਰਖ ਨਾਲ, ਓਨਾ ਚਿਰ ਇਹ ਜਿਹੜੀ ਦੇਹ ਹੈਗਾ ਇਹ ਹਰਿਮੰਦਰ ਹੈਗਾ, ਇਹ ਨਿਕੰਮਾ ਹੈਗਾ। ਇਹਦੇ 'ਚ ਇਹ ਹਰਿਮੰਦਰ ਤਦੇ ਚੰਗਾ ਹੈਗਾ ਜੇ ਇਹਦੇ 'ਚ ਤੁਸੀਂ ਹਰ ਨੂੰ ਬੁਲਾਓਗੇ। ਹਰ ਨੂੰ ਕਿੱਦਾਂ ਬੁਲਾਓਗੇ? ਜੇ ਇਹਦੇ 'ਚ ਤੁਸੀਂ ਲੋਭ ਰਤ ਨਾ ਹੋਏਗਾ, ਇਹ ਲੋਭ ਰਤ ਤੋਂ ਬਾਹਰਾ ਹੋਏਗਾ ਤਦ ਹਰ ਅੰਦਰ ਆ ਕੇ ਬੈਠੇਗਾ। ਜੇ ਲੋਭ ਰਤ ਹੈਗਾ ਤਦ ਸ਼ੈਤਾਨ ਅੰਦਰ ਬੈਠਾ, ਹਰ ਬਾਹਰ ਹੈਗਾ। ਅਤੇ ਜੇ ਉਹਦੇ ਨਾਲ ਲੇਬ ਲਾਉਣੀ ਹੈਗੀ ਤਾਂ ਉਹਦੇ ਪਹਿਲਾਂ ਤੁਸੀਂ ਲੋਕਾਂ ਨਾਲ ਲੇਬ ਲਾਓ, ਉਹਨਾਂ ਨਾਲ ਪਿਆਰ ਕਰੋ, ਉਹਨਾਂ ਨਾਲ ਉਹਨਾਂ ਧੋਖਾ ਨਾ ਕਰੋ, ਰਿਸ਼ਵਤ ਨਾ ਲਵੋ, ਹੱਕ ਲਾਲ ਦੀ ਕਮਾਈ ਖਾਓ, ਫਿਰ ਤੁਹਾਡਾ ਅੰਦਰ ਸਾਫ਼ ਹੁੰਦਾ, ਫਿਰ ਅੰਦਰ ਉਹਦੀ ਲਿਵ ਲੱਗਦੀ ਹੈਗੀ ਅਕਾਲ ਪੁਰਖ ਨਾਲ। ਨਹੀਂ ਤਾਂ ਤੁਹਾਡੀ ਲਿਵ ਪੈਸੇ ਨਾਲ ਲੱਗੀ ਹੋਏਗੀ, ਦੁਬਧਾ ਵਿੱਚ ਫਸੇ ਹੋਏਗੀ। ਅਤੇ ਸੱਚੀ ਲਿਵ ਬਿਨ ਦੇਹ ਨਿਮਾਣੀ, ਇਹ ਜਿਹੜਾ ਹਰਿਮੰਦਰ ਹੈਗਾ, ਦੇਹ ਹਰਿਮੰਦਰ ਹੈਗਾ ਨਾ, ਇਹ ਇਹ ਨਿਮਾਣਾ ਹੈਗਾ, ਇਹਦੇ 'ਚ ਕੁਛ ਨਹੀਂ, ਖਾਲੀ ਪਿਆ ਉਹ। ਦੇਹ ਨਿਮਾਣੀ ਲਿਵ ਬਾਝੋਂ, ਕਿਆ ਕਰੇ ਵਿਚਾਰਾ ਵਿਚਾਰੀਆ। ਇਹ ਜਿਹੜੀ ਦੇਹ ਨਿਮਾਣੀ ਹੈਗੀ ਲਿਵ, ਜੇ ਪਿਆਰ ਨਹੀਂ ਹੈ, ਯਾਨੀ ਕਿ ਜੇ ਪੈਸੇ ਵੱਲੋਂ ਪਿਆਰ ਹੈਗਾ ਤੇ ਉਹਦੇ ਨਾਲ ਨਹੀਂ ਨਾ, ਯੂ ਕਾਂਟ ਲਵ ਮਾਮਨ ਐਂਡ ਗੋਡ। ਇੱਕ ਨਾਲ ਪਿਆਰ ਕਰੋ, ਦੂਏ ਨਾਲ ਨਫ਼ਰਤ ਕਰੋਗੇ। ਇਸ ਲਈ ਜੀਜੇ ਦੇ 12 ਸੀਗੇ ਖਾਮੇ, ਉਹਨੇ ਨਮੂਨਾ ਚੱਕਿਆ ਸੀਗਾ ਲੋਕਾਂ ਦਾ, ਅਤੇ ਇੱਕ ਜਿਹੜਾ ਸੀਗਾ ਮੂਰਖ ਸੀਗਾ ਬੇਮੁੱਖ, ਉਹ ਸੀਗਾ ਪੀਟਰ। ਪਰ ਉਹ ਸੱਚ ਬੋਲਦਾ ਸੀ, ਝੂਠ ਨਹੀਂ ਸੀ ਬੋਲਦਾ, ਉਹ ਕਬੂਲ ਸੀਗਾ, ਬਿਸ਼ਕ ਦੀ ਅਕੀਜਾ ਸੀਗਾ। ਇੱਕ ਸੀਗਾ ਬੇਈਮਾਨ, ਉਹ ਸੀਗਾ ਜੁਡਾ ਅਸਕੈਰੀਓਟ। ਉਹ ਜਿਹੜੀ ਥੈਲੀ ਫੜੀ ਹੁੰਦੀ ਸੀ ਪੈਸਿਆਂ ਦੀ, ਉਹਦੇ ਕੋਲ ਹੁੰਦੀ ਸੀਗੀ, ਉਹਦੇ 'ਚ ਜਦੋਂ ਉਹਨੂੰ ਜ਼ਰੂਰਤ ਪੈਣੀ ਹੱਥ ਕੱਢ ਕੇ ਵਿੱਚੋਂ ਚੋਰੀ ਕਰ ਲੈਣੇ, ਅਤੇ ਚੋਰੀ ਕਰਕੇ ਤਾਂ ਆਪਣੇ ਖਰਚ ਕਰ ਲੈਣੇ ਜਿੱਥੇ ਕਰਨਾ ਉਹਨੇ। ਅਤੇ ਇਹੋ ਜਿਹੜੇ ਹੈਗੇ ਨੇ ਆ ਜਿਹੜੇ ਚਰਚਾਂ 'ਚ ਹੈਗੇ ਨੇ ਪੁਜਾਰੀ, ਇਹਨਾਂ ਦੇ ਡਾਕਟਰ ਪ੍ਰੀਸਟ, ਇਹ ਵੀ ਇਹ ਕੰਮ ਕਰਦੇ ਨੇ। ਲੋਕ ਉਹਦੇ 'ਚ ਪਾਉਂਦੇ ਨੇ, ਦਾਨ ਕਰਦੇ ਨੇ, ਪੂਜਾ ਦਾਨ, ਅਤੇ ਉਹ ਮਹੀਨੇ ਬਾਅਦ ਕਹਿੰਦੇ ਮੇਰੀ ਸੈਲਰੀ ਤਨਖਾਹ ਮੇਰੀ, ਉਹ ਵਿੱਚੋਂ ਪੈਸਾ ਕੱਢ ਕੇ ਲੈ ਜਾਂਦੇ ਨੇ। ਸੇਂਟ ਪੌਲ ਸੀਗਾ ਇਹਨਾਂ ਦਾ, ਉਹ ਟੈਂਟ ਬਣਾਉਂਦਾ ਹੁੰਦਾ ਸੀਗਾ, ਟੈਂਟ ਬਣਾ ਕੇ ਉਹਨੇ ਆਪ ਵੀ ਖਾਣਾ, ਲੋਕਾਂ ਨੂੰ ਵੀ ਖਿਲਾਉਣਾ, ਅਤੇ ਗੁਰਦੁਆਰੇ ਨੂੰ ਵੀ ਦੇਣਾ। ਦੇਈ ਦਾ ਹੈਗਾ, ਲਈ ਦਾ ਨਹੀਂ ਹੈਗਾ, ਉੱਥੋਂ ਜਿਹੜਾ ਲੈਂਦਾ ਹੈਗਾ ਉਹ ਚੋਰ ਹੈਗਾ। ਇਸ ਲਈ ਸਤਿਗੁਰੂ ਅਰਜਨ, ਸਤਿਗੁਰੂ ਅੰਗਦ ਦੇਵ ਜੀ ਨੇ ਲੰਗਰ ਬਣਾਉਂਦੇ ਸੀ, ਪਰ ਉਹ ਆਪ ਨਹੀਂ ਸੀ ਖਾਂਦੇ ਉੱਥੇ, ਆਪ ਉਹ ਘਰ ਜਾ ਕੇ ਖਾਂਦੇ ਸੀਗੇ, ਆਪ ਉਹ ਬਾਣ ਵੱਟਦੇ ਸੀਗੇ ਮੰਜਿਆਂ 'ਤੇ। ਲੋਕਾਂ ਨੂੰ ਕਹਿੰਦੇ ਆਓ ਸੌ, ਜਿੱਦਾਂ ਪੌਲ ਸੇਂਟ ਪੌਲ ਟੈਂਟ ਬਣਾਉਂਦਾ ਸੀ, ਛਾਂ ਦਿੰਦਾ ਸੀ। ਅਤੇ ਇਸ ਤਰ੍ਹਾਂ ਫਿਰ ਜਿਹੜਾ ਹੈਗਾ, ਜਿੰਨਾ ਚਿਰ ਉਹ ਦੇਹ ਤੁਹਾਡੀ ਵੱਜੋਂ, ਇਹ ਉਹ ਕਰੇ ਕਿ ਵਿਚਾਰੀ ਕਿਆ ਕਰੇ, ਕੁਛ ਨਹੀਂ ਕਰ ਸਕਦੀ, ਉਲਟੇ ਕੰਮ ਕਰੂਗੀ ਪੈਸੇ ਦੀ ਖਾਤਰ, ਨਿਕੰਮੇ, ਯਾਨੀ ਕਿ ਮੈਲ ਚੜਾਊਗੀ ਹੋਰ। ਤੁਧ ਬਾਝੋਂ ਸਮਰਥ ਕੋਈ ਨਹੀਂ, ਤੇਰੇ ਬਿਨੋਂ ਕੋਈ ਸਾਨੂੰ ਪੂਰਾ ਨਹੀਂ ਸਮਰੱਥ ਮਿਲਾਂਦਾ, ਸਾਰੀਆਂ ਤਾਕਤਾਂ ਕੋਈ ਨਹੀਂ। ਕਿਰਪਾ ਕਰ ਬਨਵਾਰੀਆ, ਵੀ ਕਿਰਪਾ ਕਰ ਸਾਡੇ 'ਤੇ, ਤੂੰ ਮਿਹਰ ਕਰ ਬਨਵਾਰੀਆ। ਆਹ ਜਿਹੜੀ ਆਪਾਂ ਉਹਦੀ ਬਣਦੇ ਹੈਗੇ ਆ ਪਰਿੰਦੇ, ਅਤੇ ਕਰ ਬਨਵਾਰੀਆ, ਤੂੰ ਉਹਦਾ ਮਾਲਕ ਹੈਗਾ ਸਾਰਿਆਂ ਦਾ। ਇਸ ਨਾਂ ਹੋਰ ਥਾਂ ਨਹੀਂ, ਇਸ ਨਾਂ, ਇਹ ਜਿਹੜਾ ਤੇਰਾ ਨਾਂ ਹੈਗਾ, ਖਜ਼ਾਨਾ ਹੈਗਾ, ਹੋਰ ਕਿਤੇ ਨਹੀਂ ਮਿਲਦਾ ਥਾਂ ਨਹੀਂ। ਸ਼ਬਦ ਲਾਗ ਸਵਾਰੀਆ, ਅਤੇ ਸ਼ਬਦ ਨਾਲ ਤੂੰ ਸਾਡੇ ਨਾਲ, ਸ਼ਬਦ ਦੇ ਨਾਲ ਜੇ ਤੂੰ ਸਾਡੀ ਲਿਵ ਲਾਏਗਾ ਤਾਂ ਸਾਡਾ ਦੇਹ ਸਵਾਰੀ ਜਾਊਗੀ, ਯਾਨੀ ਕਿ ਅਸੀਂ ਚੰਗੇ ਕੰਮ ਕਰਾਂਗੇ। ਕਹੇ ਨਾਨਕ ਲਿਵ ਵਾਜੋਂ, ਕਹਿੰਦੇ ਸਤਿਗੁਰੂ ਨਾਨਕ ਜੀ ਕਹਿੰਦੇ ਕਿ ਲਿਵ ਵਾਜੋਂ, ਪਿਆਰ ਬਿਨਾਂ ਜੇ ਕਿਸੇ ਨੂੰ ਲੌਂਗਿੰਗ ਨਹੀਂ, ਚਾਹ ਨਹੀਂ ਹੈਗੀ ਨਾ ਅਕਾਲ ਪੁਰਖ ਦੀ, ਉਹਦੇ ਬਿਨਾਂ ਉਹ ਸ਼ਬਦ ਨਹੀਂ ਪਾ ਸਕਦਾ। ਵਾਜੋਂ ਕਿਆ ਕਰੇ ਵਿਚਾਰੀਆ, ਉਹ ਜਿਹੜਾ ਹਰਿਮੰਦਰ ਹੈਗਾ ਉਹ ਕੀ ਕਰੇਗਾ,
ਜੇ ਤੇਰੀ ਮਾਇਆ ਵੱਲ ਨੂੰ ਡਿੱਬ ਲੱਗੀ ਹੋਈ ਤਾਂ ਉੱਧਰ ਨਹੀਂ ਲੱਗੀ ਹੋਈ ਅਕਾਲ ਪੁਰਖ ਨੂੰ, ਫਿਰ ਤੂੰ ਠੱਗੀਆਂ ਹੀ ਕਰੇਗਾ। ਅਤੇ ਇਸ ਕਰਕੇ ਇਹ ਦੁਬਦਾ ਭੰਡਣ ਦਾ ਹੈਗਾ ਸਤਿਗੁਰੂ ਅਮਰ ਦੇਵ ਜੀ ਦੇ ਸਲੋਕ। ਇਹ ਪਹਿਲੀ ਹੈਗੀ ਇਹ ਇੰਟਰੋਡਕਸ਼ਨ ਹੈਗੀ ਵੀ ਸ਼ੁਰੂ ਕਿੱਦਾਂ ਕਰੀਦਾ ਹੈਗਾ। ਫਿਰ ਹੁੰਦਾ ਨਾ ਹੋਮੇ ਮਨ ਬੁੱਧੀ ਦੇ ਚਿੱਤ, ਹੋਮੇ ਮਨ ਬੁੱਧੀ ਦੇ ਚਿੱਤ, ਇਹਨਾਂ ਦੇ ਬਾਰੇ ਹੈਗੀਆਂ ਤੁਕਾਂ ਸਾਰੀਆਂ ਜਿਹੜੇ ਹੈਗੇ ਪਦ। ਅਤੇ ਇਹ ਹੈਗੀ ਹੈ ਜੀ ਵਿਆਖਿਆ।